ਫਰੀਦਕੋਟ ਵਿੱਚ ਕਾਂਗਰਸ ਪਾਰਟੀ ਵੱਲੋਂ ਵਰਕਰਾਂ ਨਾਲ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਮਨਪ੍ਰੀਤ ਬਾਦਲ ਮੁੱਖ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਜੈਤੋਂ ਤੋਂ ਵਿਧਾਇਕ ਜੋਗਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਬੀਬੀ ਕਰਨ ਬਰਾੜ ਹਾਜ਼ਰ ਰਹੇ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣਾ ਮੈਨੀਫੈਸਟੋ ਜਾਰੀ ਕਰੇ, ਪਰ ਜੋ ਆਪ ਨੇ ਮੈਨੀਫੈਸਟੋ ਵਿੱਚ 25 ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਹੈ, ਇਹ ਕਿਵੇਂ ਕਰ ਸਕਦੇ ਹਨ ਜਦੋਂ ਕਿ 70 ਸਾਲ ਵਿੱਚ ਪੰਜਾਬ ਵਿੱਚ ਸਿਰਫ 4 ਲੱਖ ਨੌਕਰੀਆਂ ਹੀ ਹਨ ਅਤੇ ਉਹ 25 ਲੱਖ 5 ਸਾਲ ਵਿੱਚ ਕਿਵੇਂ ਦੇ ਸਕਦੇ ਹਨ। ਇਸ ਦੌਰਾਨ ਉਹਨਾਂ VIP ਕਲਚਰ ਖਤਮ ਕੀਤੇ ਜਾਣ ਦੇ ਸਵਾਲ ਵਿੱਚ ਕਿਹਾ ਕਿ ਅੱਜ ਸਭ ਨੂੰ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਹੈ ਅਤੇ ਕਾਂਗਰਸ ਨੂੰ ਵੀ ਜ਼ਮਾਨੇ ਦੇ ਨਾਲ ਹੀ ਚੱਲਣਾ ਪਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਦਾ ਹਰ ਸ਼ਹਿਰੀ ਕਾਰ ਤੇ ਨਹੀਂ ਚੜ੍ਹਦਾ, ਉਦੋਂ ਤੱਕ ਪ੍ਰਕਾਸ਼ ਬਾਦਲ ਨੂੰ ਵੀ ਹੈਲੀਕਾਪਟਰ ਤੇ ਨਹੀਂ ਚੜ੍ਹਨਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਤੋਂ ਜਦੋਂ ਖਹਿਰਾ ਵੱਲੋਂ ਜਾਰੀ ਕੀਤੇ ਇੱਕ ਬਿਆਨ ਦੇ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦਾ ਨਹੀਂ ਪਤਾ, ਉਹ ਮੈਨੀਫੈਸਟੋ ਛਾਪਦੇ ਹਨ ਤਾਂ ਉਸ ਤੋਂ ਬਾਅਦ ਉਹ 2 ਵਾਰ ਆਪਣੀ ਗਲਤੀ ਮੰਨਦੇ ਹਨ। ਉਹ ਕਿਤੇ ਨਾ ਕਿਤੇ ਪੰਜਾਬ ਦੀ ਹਕੀਕਤ ਤੋਂ ਅਣਜਾਣ ਹਨ। ਜਦੋਂ ਉਹਨਾਂ ਤੋਂ ਕੈਪਟਨ ਵੱਲੋਂ ਜਾਰੀ ਕੀਤੀ ਗਈ ਇੱਕ ਐਪਲੀਕੇਸ਼ਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਦਾ ਉਹ ਜਵਾਬ ਨਹੀਂ ਦੇ ਸਕਦੇ ਅਤੇ ਇਸ ਦਾ ਜਵਾਬ ਕੈਪਟਨ ਸਾਹਿਬ ਆਪ ਹੀ ਦੇ ਸਕਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਇੰਨੀ ਔਕਾਤ ਨਹੀਂ ਕਿ ਉਹ ਇਸ ਗੱਲ ਵਿੱਚ ਉਹਨਾਂ ਦਾ ਜਵਾਬ ਦੇਣ। ਫਰੀਦਕੋਟ ਵਿੱਚ ਇਸ ਸਮੇਂ 3 ਧੜੇ ਹਨ, ਕੈਪਟਨ ਬਾਇਵਾ ਅਤੇ ਮਨਪ੍ਰੀਤ ਧੜਾ। ਜਦੋਂ ਫਰੀਦਕੋਟ ਵਿੱਚ ਚੱਲ ਰਹੇ 3 ਧੜਿਆਂ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਮਨਪ੍ਰੀਤ ਧੜਾ ਖਤਮ ਹੋ ਗਿਆ ਹੈ ਅਤੇ ਬਾਜਵਾ ਨੂੰ ਵੀ ਉਹ ਪੈਰੀ ਹੱਥ ਲਗਾ ਕੇ ਕਾਂਗਰਸ ਦੀ ਮੁੱਖ ਲਾਈਨ ਵਿੱਚ ਲੈ ਕੇ ਆਉਣਗੇ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜੱਗ ਸੇਵਕ ਵੈਬ TV। ਨਹੀਂ ਦੇਖੋ, ਗੱਲ ਇਹ ਹੈ ਕਿ ਹਰ ਸਿਆਸੀ ਜਮਾਤ ਨੂੰ ਇਹ ਹੱਕ ਹੈ ਉਹ ਆਪਣਾ ਮੈਨੀਫੈਸਟੋ ਜਿਹੜਾ ਤਿਆਰ ਕਰੇ। ਉਹ ਸਾਡਾ, ਮੇਰਾ, ਤੇਰਾ, ਮੈਂ ਇਸ ਬਹਿਸ 'ਚ ਨਹੀਂ ਪੈਣਾ ਚਾਹੁੰਦਾ, ਪਰ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਲਿਖਿਆ ਕਿ ਅਸੀਂ 25 ਲੱਖ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਤਕਸੀਮ ਕਰਾਂਗੇ। ਮੈਂ ਤਾਂ ਸਿਰਫ ਬੜੇ ਅਦਬ ਨਾਲ ਇੱਕੋ ਹੀ ਗੱਲ ਪੁੱਛਣੀ ਚਾਹੁੰਦਾ ਕਿ 70 ਸਾਲ ਹੋ ਗਏ ਹੈ ਪੰਜਾਬ ਦੇ ਵਿੱਚ ਸਰਕਾਰੀ ਖੇਤਰ 'ਚ ਤਕਰੀਬਨ 4 ਲੱਖ ਨੌਕਰੀ ਹੈ ਔਰ ਗੈਰ ਸਰਕਾਰੀ ਖੇਤਰ 'ਚ ਵੀ ਤਕਰੀਬਨ 4 ਲੱਖ ਨੌਕਰੀ ਹੈ। 8 ਲੱਖ ਨੌਕਰੀ 70 ਸਾਲਾਂ 'ਚ ਪੈਦਾ ਹੋਈ ਹੈ, ਇਹ 25 ਲੱਖ ਨੌਕਰੀ ਜਿਹੜੀ ਹੈ ਇਹ 5 ਸਾਲਾਂ 'ਚ ਕਿਵੇਂ ਪੈਦਾ ਕਰਨਗੇ। ਇੱਕੋ ਉਰਦੂ ਦਾ ਸ਼ੇਅਰ ਹੈ ਕਿ ਬਹੁਤ ਸ਼ੋਰ ਸੁਣਤੇ ਥੇ ਪਹਿਲੂ ਮੇ ਦਿਲ ਕਾ ਜੋ ਕਾਟਾ ਤੋ ਕਤਰਾ ਇਹ ਖੂਨ ਨਾ ਨਿਕਲਾ। ਐਡੀਆਂ ਵੱਡੀਆਂ ਵੱਡੀਆਂ ਗੱਲਾਂ ਸੁਣਦੇ ਸੀ ਔਰ ਇਸ ਕਿਸਮ ਦੇ ਝੂਠ ਦਾ ਸਹਾਰਾ ਲੈਣਾ ਪਿਆ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ, ਇੱਕ ਅਮਰੀਕਨ ਅੰਗਰੇਜ਼ੀ ਦੇ ਵਿੱਚ ਇੱਕ ਮੁਹਾਵਰਾ ਹੈ ਔਰ ਮੁਹਾਵਰਾ ਹੈ ਕਿ ਸ਼ੋ ਮੀ ਦਾ ਮਨੀ ਹਨੀ, ਕਿ ਤੁਹਾਡੇ ਕੋਲ ਪੈਸਾ ਕਿੱਥੋਂ ਆਊਗਾ। ਸੋ 100 ਵਾਰੀ ਮੈਨੀਫੈਸਟੋ ਬਣਾਉਣ ਅਤੇ ਜਮ ਬਣਾਉਣ, ਇਤਰਾਜ਼ ਕੋਈ ਨਹੀਂ, ਇਹ ਜ਼ਰੂਰੀ ਆ ਅਤੇ ਵਕਤ ਹੈ ਔਰ ਜ਼ਮਾਨੇ ਦੀ ਰਫਤਾਰ ਨਾਲ ਕਾਂਗਰਸ ਪਾਰਟੀ ਨੂੰ ਚੱਲਣਾ ਪੈਣਾ। ਰਾਹੁਲ ਗਾਂਧੀ ਜੀ ਔਰ ਜਿਹੜੀ ਸਾਡੀ AICC ਦੀ ਬੜੀ ਲੀਡਰਸ਼ਿਪ ਹੈ ਉਹ ਇਸ ਗੱਲ 'ਤੇ ਸਟੇਟ ਲੀਡਰਸ਼ਿਪ ਨਾਲ ਵੀ ਮੁਤਫਿਕ ਹੈ। ਮੈਂ ਤਾਂ ਇਹ ਕਹਾਂਗਾ ਬਜ਼ਿੱਦ ਹੈ ਕਿ ਆਮ ਬੰਦਿਆਂ ਵਾਂਗੂ, ਸਧਾਰਨ ਬੰਦਿਆਂ ਵਾਂਗੂ, ਔਰ ਜਿਵੇਂ ਮੈਂ ਕਿਹਾ ਜ਼ਰੂਰੀਆਤ ਅਤੇ ਵਕਤ ਹੈ, ਜਦੋਂ ਤੱਕ ਪੰਜਾਬ ਦਾ ਹਰ ਸ਼ਹਿਰੀ ਜਿਹੜਾ ਉਹ ਕਾਰ 'ਤੇ ਨਹੀਂ ਚੜ੍ਹਦਾ ਤਾਂ ਮੈਂ ਸਮਝਦਾ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਹੈਲੀਕਾਪਟਰ 'ਤੇ ਨਹੀਂ ਚੜ੍ਹਨਾ ਚਾਹੀਦਾ। ਜੇ ਲੋਕ ਫਾਕੇ ਕੱਟ ਰਹੇ ਹੈ ਤਾਂ ਲੀਡਰਾਂ ਨੂੰ ਵੀ ਫਾਕੇ ਕੱਟਣੇ ਚਾਹੀਦੇ। ਦੇਖੋ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਦਾ ਨਹੀਂ ਪਤਾ ਜਾਂ ਪੰਜਾਬ ਦੇ ਲੋਕਾਂ ਦੇ ਹਾਲਾਤ ਦਾ ਨਹੀਂ ਪਤਾ, ਮੈਨੀਫੈਸਟੋ ਛਾਪੇ ਨੂੰ ਹਫ਼ਤਾ ਨਹੀਂ ਹੋਇਆ, 2 ਵਾਰੀ ਮਾਫ਼ੀ ਮੰਗ ਚੁੱਕੇ ਹੈ, 1 ਵਾਰੀ ਫੋਟੋ ਪਿੱਛੇ, 1 ਵਾਰੀ ਕੋਈ ਪਤਾ ਨਹੀਂ, ਉਹ ਕਹਿੰਦੇ ਵੀ। ਸੋ ਮੇਰਾ ਕਹਿਣ ਦਾ ਮਤਲਬ ਹੈ ਉਹ ਫਿਰ ਕੀ, ਜੇ ਉਹਨਾਂ ਨੂੰ ਇਸ ਹਾਲਾਤ ਅਤੇ ਜਜ਼ਬਾਤ ਦਾ ਨਹੀਂ ਪਤਾ, ਹੁਣ ਇਹ ਡਿਫੈਂਸ ਉਹ ਪਤਾ ਨਹੀਂ ਕਿੱਥੋਂ ਦੇ, ਮੈਂ ਤਾਂ ਉਹ ਖੈਰ ਪੜ੍ਹਿਆ ਨਹੀਂ ਜਾਂ ਦੇਖਿਆ ਨਹੀਂ, ਹਾਂ ਉਹ ਜਿਹੜੀ ਕਾਂਗਰਸ ਪਾਰਟੀ ਨੇ ਖੈਰ ਉਸ ਤੋਂ ਇਨਕਾਰ ਕੀਤਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿਤੇ ਨਾ ਕਿਤੇ ਉਹ ਪੰਜਾਬ ਦੀ ਜਿਹੜੀ ਹਕੀਕਤ ਹੈ ਉਸ ਤੋਂ ਨਾ ਵਾਕਫ ਹੈ। ਇਹਦਾ ਜਵਾਬ ਜਿਹੜਾ ਉਹ ਮੇਨ ਲੀਡਰ ਹੀ ਦੇ ਸਕਦੇ ਜਾਂ ਕੈਪਟਨ ਸਾਹਿਬ ਦੇ ਸਕਦੇ ਆ, ਮੇਰੀ ਹੈਸੀਅਤ ਤੇ ਔਕਾਤ ਨਹੀਂ ਹੈ ਕਿਉਂਕਿ ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈ। ਸਰ ਇੱਕ ਇੱਥੇ ਲੋਕਲ ਬਾਡੀ ਦੀ ਗੱਲ ਕਰੀਏ, ਤੁਸੀਂ ਅੱਜ 2 ਧੜਿਆਂ ਦੇ ਵਿੱਚ ਆਪਸੀ ਕਾਫੀ ਮਤਭੇਦ ਹਟਾਏ ਆ, ਪਰ ਫਰੀਦਕੋਟ ਦੇ ਵਿੱਚ 3 ਧੜੇ ਵੇਖੇ ਗਏ ਆ, ਬਾਜਵਾ ਗਰੁੱਪ, ਕੈਪਟਨ ਸਾਹਿਬ ਅਤੇ 3ਜਾ ਗੱਲਾਂ ਮਨਪ੍ਰੀਤ ਬਾਦਲ।
देखो सब तो पहला तो मैं थोड़ा खुशखबरी देनी चाहना कि मनप्रीत बादल ने आपका धड़ा खत्म करता है। सो दो रह गए और दोवे का समझौता हो गया, सर एक हो गया। थैंक यू। बाजवा साहब के ग्रुप उन्होंने भी असं पैर पकड़ लाँगे तो उन्होंने कांग्रेस की मेन स्ट्रीम च लैके आवेंगे। कांग्रेस यक मुश्ते यक जुबान होगी।